सो सरब जी जी हुण ईडी ने गल साफ की है, कहिंदे कि चन्नी साहब के रिश्तेदार के घर जिहड़ा छापा मारिया गया सी उस रेड के विचों कहिंदे 10 करोड़ रुपया बरामद होया ते एक रोलैक्स की घड़ी भी बरामद हुई है ते कहिंदे सोना भी जब्त किया। हाँ जी वासु जी काफ़ी जिहड़े दस्तावेज मिले आ जी जिहदे विच ये भी जाहिर किया जा रहा ईडी वालों के जिहड़े मुख्यमंत्री चरणजीत चन्नी दे जिहड़े भांजे भुपिंदर सिंह हनी जिन्हां दे खिलाफ ये केस चलिया या ये रेड हुई उन्हां दे कई फर्जी कंपनियां भी बनाईयां हुईयां सी जो रेत खनन और एदा जिहड़ा कारोबार है गैर कानूनी तरीके दे नाल चल रहा है। सो ये सारे का सारा कला इन्ना ही नहीं उन्होंने घर जिस तरह तुसीं पहले कहा 10 करोड़ तो उपर नकदी मिली है कोई 21 लाख के आस पास का सोना मिले तो एक बड़ी महंगी रोलैक्स घड़ी भी मिली है कोई 12 लाख रुपए की वह है और ये हाले होर तफतीश होनी है। ये ईडी ने कोई 10 लोकेशन के उत्ते जी है छापामारी की थी वह चंडीगढ़ रूपनगर अपना रोपड़ जिसनों कहते लुधियाना पठानकोट मोहाली दे विच की है। तो उन्होंने यह जरा ये प्रिवेंशन ऑफ मनी लॉन्ड्रिंग एक्ट जरा है भी उन्होंने किया और यह कहा कि यह केस जरा है 2018 का चल रहा है ते और उस वे जी एनफोर्समेंट डायरेक्टोरेट ने जरा जलंधर ऑफिस से उन्होंने उदों की यह चल रही है। सो उदों भी यह सामने आया सी कि जरा कोई कुदरत दीप सिंह सीगे जी जेड़े हनी दे जिहड़े भुपिंदर सिंह हनी दे नज़दीकी मन्ने जांदे आ उन्हां दे खिलाफ केस जिहड़ी पैरवाई हुई सी पर ओह पैरवाई किसे पासे सिरे नहीं सी चढ़ी। पर नाल दी नाल इकल्ली इन्नी कु गल नहीं है वासु जी, तुहानू याद होना कि जदों कैप्टन अमरिंदर सिंह नूं उतारिया जा रहा सी ता कैप्टन अमरिंदर सिंह दी इक पेशी दे दौरान कैप्टन अमरिंदर सिंह ने खुद यह जिहड़ा सीगा डिस्कलोज़ कीता सी कि कोई 40 जिहड़े कांग्रेसी मंत्री और विधायक ने ओह रेत माफिया दे जिहड़ा जिहड़ा गैर कानूनी कारोबार आ उहदे विच इनवॉल्व ने उन्होंने कोई यह सारे दे सारियां जिहड़ियां फाइल सीगियां ओह पार्टी हाईकमांड दे सपुरद कीतियां सी और पार्टी हाईकमांड इस दे उत्ते उन्होंने कोई एक्शन नहीं सी लिया। बेशक इस जिहड़ा तौर तरीका वा या जिहड़ा टाइमिंग आ जिहदे उत्ते किंतु परंतु हो रहा है ਇਹ ਇਸੇ ਤਰ੍ਹਾਂ ਹੀ ਜਿਹੜੇ ਇਨਫੋਰਸਮੈਂਟ ਡਾਇਰੈਕਟੋਰੇਟ ਦੀਆਂ ਰੇਡਸ ਪੈਂਦੀਆਂ ਨੇ ਉਹ ਵੈਸਟ ਬੰਗਾਲ ਦੇ ਵਿੱਚ ਜਿਹੜੇ ਚੀਫ ਮਿਨਿਸਟਰ ਮਮਤਾ ਬੈਨਰਜੀ ਆ ਉਹਦੇ ਭਤੀਜੇ ਦੇ ਖਿਲਾਫ ਵੀ ਹੋਈਆਂ ਸੀ ਚੋਣਾਂ ਤੋਂ ਬਿਲਕੁਲ ਇਹ ਪਹਿਲਾਂ ਅਤੇ ਉਦੋਂ ਵੀ ਕਾਫੀ ਘਸਮਾਣ ਪਿਆ ਸੀ। ਪਰ ਇਹ ਜਿਹੜਾ ਇਹ ਮੌਜੂਦਾ ਕੇਸ ਹੈ ਇਹਦੇ ਵਿੱਚ ਜਿਹੜੇ ਪੰਜਾਬ ਦੇ ਚਾਹੇ ਕਾਂਗਰਸ ਦੇ ਹੋਣ ਚਾਹੇ ਅਕਾਲੀ ਮੰਤਰੀ ਹੋਣ ਪੁਰਾਣੇ ਉਹਨਾਂ ਦੇ ਉੱਪਰ ਇਹ ਪਹਿਲਾਂ ਵੀ ਆਉਂਦਾ ਰਿਹਾ ਕਿ ਜੀ ਇਹ ਰੇਤ ਮਾਫੀਆ ਜਿਹੜਾ ਹੈ ਉਹ ਕਾਫੀ ਕਰ ਚੁੱਕਿਆ। ਚਰਨਜੀਤ ਚੰਨੀ ਉਹਨਾਂ ਨੇ ਖੁਦ ਮੰਨਿਆ ਸੀ ਕਿ ਰੇਤ ਮਾਫੀਆ ਚੱਲ ਰਿਹਾ ਉਹਨਾਂ ਨੇ ਰੇਤ ਦੇ ਦਰ ਜਿਹੜੇ ਸੀਗੇ ਰੇਟ ਸੀਗੇ ਉਹ ਕਾਫੀ ਘੱਟ ਕੀਤੇ ਸੀ ਔਰ ਇਹ ਜਿਹੜੇ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਨੇ ਨਵਜੋਤ ਸਿੱਧੂ ਉਹ ਇੱਕ ਕਾਰਪੋਰੇਸ਼ਨ ਬਣਾਉਣ ਦੀ ਗੱਲ ਕਰ ਰਿਹਾ ਪੰਜਾਬ ਮਾਡਲ ਦੇ ਤਹਿਤ ਜਿਹਦੇ 'ਚ ਰੇਤ ਦਾ ਜਿਹੜਾ ਕਾਰੋਬਾਰ ਆ ਉਹਨੂੰ ਕੰਟਰੋਲ ਕੀਤਾ ਜਾਊਗਾ ਉਹਦੇ ਰੇਟ ਕੰਟਰੋਲ ਕੀਤੇ ਜਾਣਗੇ ਕਿਸ ਲੈਵਲ 'ਤੇ ਤੁਸੀਂ ਖੁਦਾਈ ਕਰ ਸਕਦੇ ਹੋ ਇਹ ਦੇਖੀ ਜਾਊਗੀ। ਪਰ ਸਾਰੇ ਦਾ ਸਾਰਾ ਜਿਹੜਾ ਸਿਲਸਿਲਾ ਜਿਹੜਾ ਹੈ ਇਹ ਜ਼ਾਹਿਰ ਇਹਦੇ 'ਚ ਜ਼ਾਹਿਰ ਤਾਂ ਹੋ ਹੀ ਜਾਂਦਾ ਕਿ ਜਿਹੜੇ ਸਾਡੇ ਜਿਹੜੇ ਜਿੰਨੇ ਵੀ ਪੋਲੀਟੀਸ਼ੀਅਨ ਨੇ ਇਹ ਰੇਤ ਮਾਫੀਆ ਦਾ ਬੇਸ਼ੱਕ ਚਰਨਜੀਤ ਚੰਨੀ ਕਹਿ ਰਹੇ ਹੁਣ ਅਸੀਂ ਖਤਮ ਕਰਤਾ ਉਹ ਬਦਸਤੂਰ ਕੰਮ ਚੱਲ ਰਿਹਾ। ਸੋ ਇਹ ਜਦੋਂ ਸਾਰੀ ਕਾਰਵਾਈ ਹੋਈ ਹੈ ਇਹਦਾ ਰਿਐਕਸ਼ਨ ਚਰਨਜੀਤ ਚੰਨੀ ਦਾ ਕਾਫੀ ਇਕੱਲੇ ਪਏ ਨਜ਼ਰ ਆ ਰਹੇ ਹੈ ਕਿਉਂਕਿ ਇਹਨਾਂ ਨੂੰ ਆਪਣੀ ਪਾਰਟੀ 'ਚੋਂ ਵੀ ਸਪੋਰਟ ਨਹੀਂ ਨਜ਼ਰ ਆ ਰਹੀ ਇਸ ਵੇਲੇ। ਤੋ ਚਰਨਜੀਤ ਚੰਨੀ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਭਾਣਜੇ ਨੂੰ ਜਿਹੜੇ ਈਡੀ ਦੇ ਜਿਹੜੇ ਆਫਿਸਰ ਸੀਗੇ ਜਿਹੜੀ ਟੀਮ ਆਈ ਸੀ ਉਹਨਾਂ ਨੇ ਕਾਫੀ ਉਹਨਾਂ ਨੇ ਤੰਗ ਪਰੇਸ਼ਾਨ ਕੀਤਾ ਟੋਰਚਰ ਕੀਤਾ ਉਹਨਾਂ ਨੇ ਕਿਹਾ ਤੇ ਜਾਂਦੇ ਜਾਂਦੇ ਉਹਨਾਂ ਨੇ ਇਹ ਤੱਕ ਵੀ ਕਹਿ ਦਿੱਤਾ ਕਿ ਜਿਹੜੀ ਫੇਰੀ ਯਾਦ ਰੱਖਣਾ
ਉਹ ਫੇਰੀ ਉਹਦਾ ਉਹਨਾਂ ਦਾ ਰੈਫਰੈਂਸ ਇਹ ਸੀ ਕਿ ਜਿਹੜੀ ਪ੍ਰਧਾਨ ਮੰਤਰੀ ਦੀ ਫੇਰੀ ਸੀ ਜੋ ਕੁਛ ਉਦੋਂ ਹੋਇਆ 5 ਜਨਵਰੀ ਨੂੰ ਅਤੇ ਬਈ ਮੁੱਖ ਮੰਤਰੀ ਨੂੰ ਉਹ ਯਾਦ ਰੱਖਣੀ ਚਾਹੀਦੀ ਹੈ। ਦੂਸਰਾ ਉਹਨਾਂ ਨੇ ਇਹ ਕਿਹਾ ਕਿ ਜੀ ਜਿਹੜਾ ਬਿਲਕੁਲ ਹੀ ਟਾਈਮਿੰਗ ਦੀ ਗੱਲ ਕੀਤੀ ਹੈ ਕਿ ਸਾਰੀ ਦੀ ਸਾਰੀ ਲਿਆ ਕੇ ਉਸ ਵੇਲੇ ਇਹ ਬੜੀ ਇਹਦੇ 'ਚ ਕੁਐਸਚਨ ਮਾਰਕ ਲਾ ਦਿੰਦੇ ਵੀ ਟਾਈਮਿੰਗ ਕਿਉਂ ਆ। ਉਹਨਾਂ ਨੇ ਇਹ ਵੀ ਇਲਜ਼ਾਮ ਲਾਇਆ ਕਿ ਜਿਹੜੀ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਹੈ ਉਹਨਾਂ ਨੇ ਉਹਦੇ ਭਾਣਜੇ ਦੇ ਉੱਤੇ ਦਬਾਅ ਪਾਇਆ, ਲਾਲਚ ਵੀ ਦਿੱਤੇ ਕਿ ਕਿਸੇ ਤਰੀਕੇ ਦੇ ਨਾਲ ਚਰਨਜੀਤ ਚੰਨੀ ਉਹਨਾਂ ਦਾ ਨਾਂ ਲੈ ਦੇਣ ਤਾਂ ਕਿ ਉਹਨਾਂ ਨੂੰ ਇਹ ਫਸਾਇਆ ਜਾਵੇ। ਚਰਨਜੀਤ ਚੰਨੀ ਉਹਨਾਂ ਦਾ ਸਿੱਧਾ ਸਿੱਧਾ ਇਲਜ਼ਾਮ ਸੀ ਕਿ ਜਿਹੜੀ ਬੀਜੇਪੀ ਹੈ ਉਹ ਜਿਵੇਂ ਪਹਿਲਾਂ ਵੀ ਕਰਦੀ ਹੈ ਵਿਰੋਧੀ ਪਾਰਟੀਆਂ ਦੇ ਖਿਲਾਫ ਜਿਹੜੀਆਂ ਕੇਂਦਰੀ ਏਜੰਸੀਆਂ ਨੇ ਐਨਫੋਰਸਮੈਂਟ ਡਾਇਰੈਕਟੋਰੇਟ ਹੋ ਗਈ, ਇਨਕਮ ਟੈਕਸ ਹੋ ਗਿਆ, ਹੋਰ ਹੋ ਗਿਆ, ਉਹਨਾਂ ਦੀ ਦੁਰਵਰਤੋਂ ਕਰ ਰਹੀ ਹੈ ਤਾਂ ਕਿ ਜਿਹੜੀ ਕਾਂਗਰਸ ਦੀ ਜਿਹੜੀ ਕੈਂਪੇਨ ਹੈ ਇਸ ਵੇਲੇ ਜਿਹੜੀ ਮੁਹਿੰਮ ਹੈ ਚੋਣਾਂ ਦੀ ਉਹ 'ਚ ਵਿਘਨ ਪਾਇਆ ਜਾ ਸਕੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ 'ਚ ਹੋਰ ਕੀ ਖੁਲਾਸੇ ਹੁੰਦੇ ਨੇ ਕਿਉਂਕਿ ਮੈਨੂੰ ਇਹ ਵੀ ਪਤਾ ਲੱਗਿਆ ਕਿ ਇੱਕ ਕਿਸੇ ਮੰਤਰੀ ਦਾ ਨਾਮ ਵੀ ਆ ਰਿਹਾ ਔਰ ਸਾਨੂੰ ਇਹ ਜਿਹੜਾ ਹੈਗਾ ਉਹ ਇਹ ਕਹਿ ਰਿਹਾ ਕਿ ਮੰਤਰੀ ਦਾ ਨਾਂ ਵੀ ਆ ਸਕਦਾ ਆਉਣ ਵਾਲੇ ਦਿਨਾਂ 'ਚ ਔਰ ਕੁਛ ਹੋਰ ਕਾਂਗਰਸ ਲੀਡਰ ਜਿਹੜੇ ਹੈ ਉਹਨਾਂ ਦਾ ਪਠਾਨਕੋਟ ਦੇ ਵਿੱਚ ਦੇ ਆਸ ਪਾਸ ਜਿੰਨੀ ਇਹ ਰੇਤ ਮਾਫੀਆ ਜਾਂ ਬਜਰੀ ਦਾ ਜਿਹੜਾ ਕੰਮ ਕਾਜ ਹੈ ਜਿਹੜਾ ਇਲੀਗਲ ਤਰੀਕੇ ਦੇ ਨਾਲ ਚੱਲਦਾ ਉਹਦੇ ਵਿੱਚ ਇਨਵੋਲਵਮੈਂਟ ਦੇ ਬਾਰੇ ਇਨਫੋਰਸਮੈਂਟ ਡਾਇਰੈਕਟੋਰੇਟ ਆਉਣ ਵਾਲੇ ਦਿਨਾਂ 'ਚ ਸ਼ਾਇਦ ਕੋਈ ਹੋਰ ਖੁਲਾਸੇ ਵੀ ਕਰੇ। ਪਰ ਜਿਹੜੀਆਂ ਈਡੀ ਦੀਆਂ ਰੇਡਸ ਨੇ ਇਹਨਾਂ ਨੂੰ ਲੈ ਕੇ ਰਾਜਨੀਤੀ ਬੜੀ ਸਰਗਰਮ ਹੋਈ ਹੈ ਪੰਜਾਬ ਦੇ ਵਿੱਚ। ਬਹੁਤ ਬਿਲਕੁਲ ਵਾਸੂ ਜੀ, ਇੰਨੀ ਛੇਤੀ ਫੜੀ ਕਿ ਨੋਰਮਲੀ ਲੋਕ ਜਿਹੜੀਆਂ ਵਿਰੋਧੀ ਪਾਰਟੀਆਂ ਹੁੰਦੀਆਂ ਨੇ ਉਹ ਬੀਜੇਪੀ ਦੇ ਮਗਰ ਪੈਂਦੀਆਂ ਹੁੰਦੀਆਂ ਨੇ ਕਿ ਜੀ ਤੁਸੀਂ ਜਿਹੜੀਆਂ ਕੇਂਦਰੀ ਏਜੰਸੀਜ਼ ਨੇ ਉਹਨਾਂ ਦੀ ਦੁਰਵਰਤੋਂ ਕਰ ਰਹੇ ਹੋ। ਪਰ ਇਹਦੇ ਵਿੱਚ ਚਰਨਜੀਤ ਚੰਨੀ ਦੇ ਤੁਸੀਂ ਦੇਖ ਲਓ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਨਵਜੋਤ ਸਿੱਧੂ ਉਹੀ ਚੁੱਪ ਨੇ, ਉਹਨਾਂ ਨੇ ਹਾਲੇ ਤੱਕ ਕੋਈ ਬਿਆਨ ਨਹੀਂ ਦਿੱਤਾ। ਨਵਜੋਤ ਸਿੱਧੂ ਵੀ ਇਹ ਅਸੀਂ ਕਹਿ ਵੀ ਸਕਦੇ ਹਾਂ ਨਵਜੋਤ ਸਿੱਧੂ ਰੇਤ ਮਾਫੀਆ ਦੇ ਖਿਲਾਫ ਕਾਫੀ ਬੋਲਦੇ ਰਹੇ ਆ ਔਰ ਉਹਨਾਂ ਦਾ ਇਹ ਵੀ ਆਪਾਂ ਕਹਿ ਸਕਦੇ ਹਾਂ ਇਹ ਇੱਕ ਮੌਕਾ ਨਵਜੋਤ ਸਿੱਧੂ ਨੂੰ ਵੀ ਬਣ ਰਿਹਾ ਕਿਉਂਕਿ ਸਾਡੇ ਸਰੋਤਿਆਂ ਨੂੰ ਪਤਾ ਹੋਣਾ ਕਿ ਜਿੰਨਾ ਜਿਵੇਂ ਭਗਵੰਤ ਮਾਨ ਦਾ ਨਾਂ ਅਨਾਊਂਸ ਹੋਣ ਤੋਂ ਬਾਅਦ ਸੁਖਬੀਰ ਬਾਦਲ ਦਾ ਪਤਾ ਲੱਗ ਗਿਆ ਕਿ ਜੀ ਉਹ ਪਤਾ ਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਚੀਫ ਮਿਨਿਸਟਰ ਚਿਹਰੇ ਨੇ, ਕਾਂਗਰਸ ਦਾ ਵੀ ਪ੍ਰੈਸ਼ਰ ਪੈ ਰਿਹਾ ਸੀ ਕਿ ਜੀ ਤੁਸੀਂ ਬਣਾਓ। ਪਰ ਇਹਦੇ ਵਿੱਚ ਇਹ ਸੀਗਾ ਜੀ ਕਿ ਚਰਨਜੀਤ ਚੰਨੀ ਦਾ ਨਾਂ ਮੂਹਰੇ ਲਿਆ ਜਾ ਰਿਹਾ ਸੀ ਕਿ ਚਰਨਜੀਤ ਚੰਨੀ ਲੀਡ ਕਰ ਰਹੇ ਆ ਐਜ਼ ਚੀਫ ਮਿਨਿਸਟਰ ਚਿਹਰਾ ਕਾਂਗਰਸ ਵਾਸਤੇ। ਪਰ ਜਿਹੜਾ ਹੈਗਾ ਨਵਜੋਤ ਸਿੱਧੂ ਇਸ ਗੱਲ ਦੇ ਉੱਤੇ ਕਾਫੀ ਖਫਾ ਨਜ਼ਰ ਵੀ ਆ ਰਹੇ ਸੀ, ਕਈ ਵਾਰੀ ਟਵੀਟ ਵੀ ਕਰਦੇ ਸੀ। ਸੋ ਹੁਣ ਇਹ ਲੱਗ ਰਿਹਾ ਕਿ ਸ਼ਾਇਦ ਕਾਂਗਰਸ ਨੂੰ ਇਹਦੇ ਬਾਰੇ ਸੋਚਣਾ ਪੈਣਾ ਅਤੇ ਨਵਜੋਤ ਸਿੱਧੂ ਨੂੰ ਹੀ ਆਪਣਾ ਬਤੌਰ ਮੇਨ ਚਿਹਰਾ ਪ੍ਰੋਜੈਕਟ ਕਰਨਾ ਪੈਣਾ। ਸੋ ਨਵਜੋਤ ਸਿੱਧੂ ਇਸ ਦੇ ਉੱਪਰ ਚੁੱਪ ਨੇ ਕਿਉਂਕਿ ਨਵਜੋਤ ਸਿੱਧੂ ਦੇ ਵਾਸਤੇ ਇਹ ਬੜੀ ਡਿਫੀਕਲਟ ਸਿਚੁਏਸ਼ਨ ਹੋ ਗਈ। ਪਰ ਸਭ ਤੋਂ ਜ਼ਿਆਦਾ ਜਿਹੜਾ ਅਟੈਕ ਆਇਆ ਉਹ ਆਮ ਆਦਮੀ ਪਾਰਟੀ ਔਰ ਅਕਾਲੀ ਦਲ ਵੱਲੋਂ ਆਇਆ ਇਹਦੇ ਵੱਲ ਚਰਨਜੀਤ ਚੰਨੀ ਦੇ ਉੱਪਰ। ਜਿਹੜੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਨੇ ਅਰਵਿੰਦ ਕੇਜਰੀਵਾਲ, ਉਹਨਾਂ ਨੇ ਤਾਂ ਇਹ ਤੱਕ ਕਹਿ ਦਿੱਤਾ ਕਿ ਇਹ ਸਿੱਧ ਕਰਦਾ ਕਿ ਜਿਹੜੇ ਹੈਗੇ ਚਰਨਜੀਤ ਚੰਨੀ ਆਮ ਆਦਮੀ ਨਹੀਂ ਹੈ, ਬੇਈਮਾਨ ਆਦਮੀ ਹੈ। ਉਹਨਾਂ ਨੇ ਚਰਨਜੀਤ ਚੰਨੀ ਨੂੰ ਇਹ ਯਾਦ ਕਰਾਇਆ ਕਿ ਜਦੋਂ ਈਡੀ ਨੇ ਉਹਨਾਂ ਦੇ ਖਿਲਾਫ ਜਦੋਂ ਰੇਡ ਕੀਤੇ ਸੀ ਉਹਦੇ ਵਿੱਚ ਸਿਰਫ 10 ਮਫਲਰ ਹੀ ਮਿਲੇ ਸੀ ਅਤੇ ਉਹਨਾਂ ਨੇ ਕਿਹਾ ਹੁਣ ਟਾਈਮ ਇਹ ਆ ਕਿ ਚਰਨਜੀਤ ਚੰਨੀ ਇਹ ਪੰਜਾਬ ਦੇ ਲੋਕਾਂ ਨੂੰ ਦੱਸਣ ਕਿ ਉਹਨਾਂ ਦੇ ਭਾਣਜੇ ਦੇ ਘਰੋਂ ਇੰਨੀ ਨਕਦੀ ਬਰਾਮਦ ਕਿਵੇਂ ਹੋਈ ਔਰ ਉਹਦਾ ਹਿਸਾਬ ਕਿਤਾਬ ਇਲੈਕਸ਼ਨ ਜਾਣ ਤੋਂ ਪਹਿਲਾਂ ਹਿਸਾਬ ਕਿਤਾਬ ਦੇਣਾ ਬਣਦਾ ਵਾ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਦੀ ਆਪਣੀ ਵਜ਼ਾਰਤ ਵੇਲੇ ਇਹ ਜਿਹੜਾ ਸਾਰਾ ਕਾਰੋਬਾਰ ਜਿਹੜਾ ਇਲੀਗਲ ਕਾਰੋਬਾਰ ਹੈ ਉਦੋਂ ਉਹ ਵਧਿਆ, ਉਹਨਾਂ ਦਾ ਵੀ ਅੱਜ ਇਹ ਸੀਗਾ ਜੀ ਕਿ ਚਰਨਜੀਤ ਚੰਨੀ ਨੂੰ ਆਪਣੇ ਹੈਗੀ ਹੈ ਇਹ ਜ਼ਿੰਮੇਦਾਰੀ ਲੈਂਦੇ ਹੋਏ ਬਤੌਰ ਚੀਫ ਮਿਨਿਸਟਰ ਅਸਤੀਫਾ ਦੇ ਦੇਣਾ ਚਾਹੀਦਾ ਇਮੀਡੀਏਟਲੀ ਔਰ ਉਹਨਾਂ ਨੂੰ ਇਹ ਪਦ 'ਤੇ ਰਹਿਣ ਦਾ ਕੋਈ ਹੱਕ ਨਹੀਂ ਰਹਿ ਜਾਂਦਾ। ਉਹਨਾਂ ਨੇ ਕਿਹਾ ਕਿ ਇਹਦੀ ਅਸੀਂ ਪਹਿਲਾਂ ਵੀ ਅਕਾਲੀ ਦਲ ਪਹਿਲਾਂ ਕਹਿੰਦਾ ਰਿਹਾ ਕਿ ਜਿਹੜੇ ਰੇਤੇ ਬਜਰੀ ਦਾ ਜਿਹੜਾ ਗੈਰ ਕਾਨੂੰਨੀ ਕਾਰੋਬਾਰ ਆ ਉਹ ਕਾਂਗਰਸ ਹੀ ਚਲਾਉਂਦੇ ਨੇ ਔਰ ਈਡੀ ਦੀਆਂ ਰੇਡ ਦੇ ਵਿੱਚੋਂ ਇਹ ਹੁਣ ਸਿੱਧ ਹੋ ਗਿਆ। ਅਤੇ ਦੂਸਰਾ ਉਹਨਾਂ ਨੇ ਕਿਹਾ ਕਿ ਕੱਲ੍ਹ ਨੂੰ ਜਦੋਂ ਜੇ ਮੌਕਾ ਮਿਲਦਾ ਉਹਨਾਂ ਦੀ ਸਰਕਾਰ ਬਣਨ ਦਾ ਅਕਾਲੀ ਦਲ ਦੀ ਦਾ ਉਹ ਇਸ ਮਾਮਲੇ ਦੀ ਪੂਰੀ ਘੋਖ ਕਰਨਗੇ ਐਂਡ ਇਹਦੀ ਜੜ੍ਹ ਤੱਕ ਜਾਣਗੇ, ਇਹਨੂੰ ਚੰਗੀ ਤਰ੍ਹਾਂ ਜਿਹੜਾ ਹੈਗਾ
ਇਹਦਾ ਫਰੋਲਾ ਕੀਤਾ ਜਾਊਗਾ ਅਤੇ ਇਹਨੂੰ ਨਤੀਜੇ ਤੱਕ ਪਹੁੰਚਾਇਆ ਜਾਊਗਾ ਕੌਣ ਕੌਣ ਜ਼ਿੰਮੇਦਾਰ ਨੇ ਅਤੇ ਜਿਹੜੀ ਰਿਸਪੋਂਸੀਬਿਲਿਟੀ ਆ ਉਹ ਆਇਦ ਕੀਤੀ ਜਾਊਗੀ ਪੂਰੀ ਦੀ ਪੂਰੀ। ਪੰਦੇਰ ਸਾਹਿਬ, ਹੁਣ ਆਮ ਆਦਮੀ ਪਾਰਟੀ ਨੇ ਐਲਾਨ ਕਰਤਾ ਕਿ ਭਗਵੰਤ ਮਾਨ ਹੀ ਉਹਨਾਂ ਦੇ ਸੀ ਐਮ ਕੈਂਡੀਡੇਟ ਹੋਣਗੇ, ਹੁਣ ਇਸ ਐਲਾਨ ਤੋਂ ਬਾਅਦ ਪਾਰਟੀ ਵਿੱਚ ਕਿਹੋ ਜਿਹਾ ਮਾਹੌਲ ਹੈ, ਉਹਨਾਂ ਦਾ ਜੋਸ਼ ਵਧਿਆ ਪਾਰਟੀ ਵਰਕਰਸ ਦਾ ਕਿ ਘਟਿਆ? ਵਾਸੂ ਜੀ, ਜਿਹੜਾ ਆਮ ਆਦਮੀ ਪਾਰਟੀ ਦੇ ਉੱਪਰ ਬੜਾ ਪ੍ਰੈਸ਼ਰ ਸੀ ਕਿ ਚੀਫ ਮਿਨਿਸਟਰ ਚਿਹਰਾ ਪੰਜਾਬ ਤੋਂ ਹੀ ਅਨਾਊਂਸ ਕੀਤਾ ਜਾਵੇ, ਸਾਡੇ ਸਰੋਤਿਆਂ ਨੂੰ ਬਹੁਤ ਭਲੀ ਭਾਂਤ ਜਾਣਦੇ ਨੇ ਕਿਸ ਲੈਵਲ ਦੇ ਉੱਤੇ ਆਮ ਆਦਮੀ ਦੇ ਕਨਵੀਨਰ ਜਿਹੜੇ ਅਰਵਿੰਦ ਕੇਜਰੀਵਾਲ ਹੈ ਉਹ ਉਹਨਾਂ ਨੇ ਬਾਹਰ ਪਾਰਟੀ ਤੋਂ ਬਾਹਰ ਇੱਕ ਸੀਐਮ ਚਿਹਰਾ ਤਲਾਸ਼ਣ ਦੀ ਕੋਸ਼ਿਸ਼ ਕੀਤੀ ਤਾਂ ਜੋ ਜਿਹਦਾ ਕੋਈ ਨਤੀਜਾ ਨਹੀਂ ਮਿਲਿਆ। ਕਦੇ ਤਾਂ ਨਵਜੋਤ ਸਿੱਧੂ 'ਤੇ ਕੋਸ਼ਿਸ਼ ਕੀਤੀ ਗਈ, ਕਦੇ ਬਲਬੀਰ ਸਿੰਘ ਰਾਜੇਵਾਲ 'ਤੇ ਕੋਸ਼ਿਸ਼ ਕੀਤੀ ਗਈ, ਉਹ ਗੱਲ ਸਿਰੇ ਨਹੀਂ ਚੜੀ। ਫਿਰ ਐਂਡ ਦੇ ਵਿੱਚ ਪਰ ਪ੍ਰੈਸ਼ਰ ਜਿਹੜਾ ਪਾਰਟੀ ਦੇ ਅੰਦਰੂਨੀ ਲੈਵਲ 'ਤੇ ਸੀ, ਇਹ ਪਤਾ ਸੀ ਕਿ ਜੀ ਜਿਹੜੇ ਪਾਰਟੀ ਦੇ ਵਰਕਰਸ ਨੇ ਉਹ ਚਾਹੁੰਦੇ ਸੀ ਕਿ ਪਾਰਟੀ ਦੇ ਵਿੱਚੋਂ ਕੋਈ ਹੋਵੇ ਜਿਸ ਨੂੰ ਪੰਜਾਬੀ ਫੇਸ ਹੋਵੇ, ਜਿਹਨੇ ਪੰਜਾਬ ਦੇ ਵਿੱਚ ਕੀਤਾ, ਪੰਜਾਬ 'ਚ ਕੰਮ ਕੀਤਾ ਹੋਵੇ ਪਾਰਟੀ ਵਾਸਤੇ। ਅਤੇ ਅਸੀਂ ਇਹ ਵੀ ਜਾਣਦੇ ਹਾਂ ਕਿ ਨਵਜੋਤ ਆਪਣੇ ਭਗਵੰਤ ਮਾਨ ਵੀ ਕਈ ਵਾਰੀ ਨਾਰਾਜ਼ ਹੋ ਜਾਂਦੇ ਸੀ ਕਿ ਉਹਨਾਂ ਦਾ ਨਾਂ ਨਹੀਂ ਅਨਾਊਂਸ ਕੀਤਾ ਜਾਂਦਾ, ਔਰ ਬੜੇ ਹੀ ਜਿਹੜਾ ਹੈਗਾ ਇੱਕ ਨਵੇਕਲੇ ਤਰੀਕੇ ਦੇ ਨਾਲ ਜਿਹੜੀ ਹੈਗੀ ਆ ਇਲੈਕਸ਼ਨ ਤੋਂ ਪਹਿਲਾਂ ਹੀ ਇੱਕ ਚੋਣ ਕੀਤੀ ਗਈ ਫੋਨ ਰਾਹੀਂ, ਜਿਹਦੇ ਵਿੱਚ ਕਿਹਾ ਗਿਆ ਕਿ ਜਿਹੜੀਆਂ ਵੈਲਿਡ ਵੋਟ ਸੀਗੀਆਂ ਉਹ 'ਚੋਂ 93% ਲੋਕ ਭਗਵੰਤ ਮਾਨ ਦੇ ਹੱਕ ਦੇ ਵਿੱਚ ਭੁਗਤੀਆਂ। ਤੋ ਜਿਹੜਾ ਪਾਰਟੀ ਦਾ ਕਾਡਰ ਜਿਹੜਾ ਹੈ, ਸਪੈਸ਼ਲੀ ਜਿਹੜਾ ਯੂਥ ਹੈ ਨਾ ਵਾਸੂ ਜੀ, ਉਹ ਭਗਵੰਤ ਮਾਨ ਦੇ ਨਾਲ ਕਾਫੀ ਜੁੜਿਆ ਹੈ, ਔਰ ਉਹ ਭਗਵੰਤ ਮਾਨ ਬੇਸ਼ੱਕ ਜਿਹੜੇ ਬਾਕੀ ਦੇ ਲੀਡਰਸ ਦੇ ਨਾਲ ਉਹਨਾਂ ਦੀ ਤੁਸੀਂ ਕਹਿ ਸਕਦੇ ਹੋ ਨਹੀਂ ਬਣਦੀ, ਕਈ ਲੈਵਲ ਦੇ ਉੱਤੇ ਪਹਿਲਾਂ ਵੀ ਉਹਨਾਂ 'ਤੇ ਇਲਜ਼ਾਮ ਲੱਗੇ, ਈਵਨ ਜਿਵੇਂ HS ਫੂਲਕਾ ਜਾਂ ਹੋਰ ਵੀ ਜਿਹੜੇ ਸੀਗੇ ਲੀਡਰ ਸੀਗੇ ਆਪਣੇ ਸੁੱਚਾ ਸਿੰਘ ਛੋਟੇਪੁਰ ਵਗੈਰਾ, ਉਹਨਾਂ ਦੇ ਨਾਲ ਵੀ ਭਗਵੰਤ ਮਾਨ ਦੀ ਨਹੀਂ ਬਣੀ ਅਤੇ ਤਾਂ ਕਰਕੇ ਉਹਨਾਂ ਨੂੰ ਪਾਰਟੀ ਛੱਡਣੀ ਪਈ। ਉਹ ਗੱਲ ਜੁਦਾ ਵਾ, ਪਰ ਪਾਰਟੀ ਦੇ ਵਿੱਚ ਇਹਦੀ ਬੜੀ ਜਿਹੜਾ ਸੀ ਡਿਮਾਂਡ ਸੀ ਕਿ ਭਗਵੰਤ ਮਾਨ ਨੂੰ ਅੱਗੇ ਕੀਤਾ ਜਾਵੇ। ਇਸ ਤੋਂ ਬਾਅਦ ਕਈ ਜਗ੍ਹਾ ਦੇ ਉੱਤੇ ਤੁਸੀਂ ਇਹ ਕਹਿ ਸਕਦੇ ਹੋ ਕਿ ਭਗਵੰਤ ਮਾਨ ਦੇ ਫੇਵਰ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਜਿਹੜਾ ਹੈਗੇ ਆ ਜਸ਼ਨ ਮਨਾਏ ਗਏ, ਪਟਾਕੇ ਵੀ ਚਲਾਏ ਗਏ। ਜਦੋਂ ਭਗਵੰਤ ਮਾਨ ਬੜੇ ਆਪਣੇ ਪਿੰਡ ਗਏ ਉੱਥੇ ਵੀ ਉਹਨਾਂ ਨੂੰ ਬੜਾ ਗਰਮ ਜੋਸ਼ੀ ਦੇ ਨਾਲ, ਸਤੌਜ ਪਿੰਡ ਦੇ ਵਿੱਚ ਉਹਨਾਂ ਨੂੰ ਗਰਮ ਜੋਸ਼ੀ ਦੇ ਨਾਲ ਉਹਨਾਂ ਦਾ ਇਸਤਕਬਾਲ ਕੀਤਾ ਗਿਆ। ਅਤੇ ਫਿਰ ਜਗ੍ਹਾ ਜਗ੍ਹਾ ਦੇ ਉੱਤੇ ਜਿਹੜਾ ਲੋਕਾਂ ਦੇ ਵੱਲੋਂ ਉਹਨਾਂ ਨੂੰ ਮੈਸੇਜ ਆ ਰਹੇ ਆ, ਭਗਵੰਤ ਮਾਨ ਨੇ ਕਿਹਾ ਪਾਰਟੀ ਨੇ ਤਾਂ ਆਪਣਾ ਫਰਜ਼ ਪੂਰਾ ਕਰਤਾ ਕਿ ਉਹਨਾਂ ਨੂੰ ਬਤੌਰ ਚੀਫ ਮਿਨਿਸਟਰ ਚਿਹਰਾ ਮੂਹਰੇ ਕਰ ਲਿਆ, ਹੁਣ ਲੋਕਾਂ ਦੀ ਇਹ ਜ਼ਿੰਮੇਦਾਰੀ ਆ ਕਿ ਇਹਨਾਂ ਨੂੰ ਪਾਰਟੀ ਨੂੰ ਜਿੱਤ ਦੇਣ, ਅਤੇ ਤਾਂ ਕਿ ਭਗਵੰਤ ਮਾਨ ਖੁਦ ਸੀਐਮ ਦੇ ਵਜੋਂ ਪੰਜਾਬ ਦੀ ਸੇਵਾ ਕਰ ਸਕਣ। ਇਹਦੇ ਨਾਲ ਬਿਲਕੁਲ ਜਿਹੜਾ ਹੈਗਾ ਐਨਥੂਜ਼ੀਆਜ਼ਮ ਜਿਹੜਾ ਪਾਰਟੀ ਦੇ ਵਿੱਚ ਸੀਗਾ ਜੀ, ਕਿ ਪਾਰਟੀ ਨੇ ਆਪਣਾ ਚੀਫ ਮਿਨਿਸਟਰ ਚਿਹਰਾ ਦੇ ਦਿੱਤਾ, ਔਰ ਇਹ ਜਿਹੜੀ ਦੁਵਿਧਾ ਸੀ ਕਿ ਕੌਣ ਹੋਊਗਾ ਅਗਲਾ ਮੁੱਖ ਮੰਤਰੀ ਵੀ, ਆ ਆਮ ਆਦਮੀ ਪਾਰਟੀ ਦਾ ਕੌਣ ਲੀਡਰ ਹੋਊਗਾ, ਚਿਹਰਾ ਕੌਣ ਹੋਊਗਾ, ਉਹ ਤਾਂ ਖਤਮ ਹੋ ਗਈ। ਇੱਕ ਨਾਲ ਇਹ ਵੀ ਗੱਲ ਵਾਸੂ ਜੀ, ਸਾਨੂੰ ਇਹਦੇ ਦੌਰਾਨ 'ਚ ਕੋਈ ਹਰਜ ਨਹੀਂ ਹੈ ਕਿ ਆਮ ਆਦਮੀ ਪਾਰਟੀ ਨੇ ਇਹ ਇੱਕ ਬੜਾ ਵਧੀਆ ਜਾਂ ਇੱਕ ਪੋਜ਼ਿਟਿਵ ਪੋਲੀਟੀਕਲ ਪੈਂਤਰਾ ਖੇਲਿਆ ਕਿ ਸਧਾਰਨ ਘਰ 'ਚੋਂ ਉੱਠੇ ਹੋਏ ਇੱਕ ਮਾਸਟਰ ਦੇ ਮੁੰਡੇ ਨੂੰ ਉਹਨਾਂ ਨੇ ਬਣਾਇਆ। ਬੇਸ਼ੱਕ ਇਹ ਹੁਣ ਇੱਕ ਨੈਸ਼ਨਲ ਟ੍ਰੈਂਡ ਵੀ ਤੁਸੀਂ ਇਹ ਦੇਖ ਸਕਦੇ ਹੋ ਕਿ ਜਿਹੜੀ ਆਮ ਆਦਮੀ ਆਮ ਪਰਿਵਾਰਾਂ ਦੇ ਵਿੱਚ ਸਧਾਰਨ ਪਰਿਵਾਰਾਂ ਦੇ ਵਿੱਚੋਂ ਉੱਠ ਕੇ ਜਿਹੜੇ ਸਿਆਸਤ ਕਰਦੇ ਆ ਉਹਨਾਂ ਦੀ ਤੁਸੀਂ ਇਹ ਦੇਖ ਸਕਦੇ ਹੋ ਵੀ ਉਹ ਉੱਥੇ ਉਹ ਲੋਕਾਂ ਨੂੰ ਤਰਜੀਹ ਮਿਲ ਰਹੀ ਹੈ, ਔਰ ਇਹਦੇ ਨਾਲ ਲੋਕ ਜਿਹੜਾ ਯੂਥ ਹੈ, ਜਿਹੜਾ ਆਮ ਯੂਥ ਹੈ, ਉਹਨਾਂ 'ਚ ਵੀ ਉਤਸ਼ਾਹ ਹੋ ਰਿਹਾ ਕਿ ਭਗਵੰਤ ਮਾਨ ਹਾਲੇ 50 ਸਾਲ ਦੀ ਉਮਰ ਉਹਨਾਂ ਨੇ ਕੀਤੀ ਨਹੀਂ, 48 ਸਾਲ ਮੇਰੇ ਹਿਸਾਬ ਦੇ ਨਾਲ ਉਹਨਾਂ ਦੀ ਉਮਰ ਹੈ, ਅਤੇ ਇਹਦੇ ਨਾਲ ਉਤਸ਼ਾਹ ਜ਼ਰੂਰ ਜਿਹੜਾ ਯੁਵਾ ਵਰਗ ਹੈ ਉਹਦੇ 'ਚ ਦੇਖਣ ਨੂੰ ਮਿਲ ਰਿਹਾ, ਔਰ ਨਾਲ ਦੀ ਨਾਲ ਇਹਦਾ ਪ੍ਰੈਸ਼ਰ ਜਿਹੜਾ ਹੈਗਾ ਅਕਾਲੀ ਦਲ ਨੇ ਤਾਂ ਚਲੋ ਆਲਰੇਡੀ ਅਨਾਊਂਸ ਕੀਤਾ ਹੀ ਹੋਇਆ ਸੁਖਬੀਰ ਬਾਦਲ ਨੂੰ ਬਤੌਰ ਚੀਫ ਮਿਨਿਸਟਰ ਚਿਹਰਾ। ਜਿਹੜਾ BJP ਵਾਲਾ ਖੇਮਾ ਹੈ ਔਰ ਜਿਹੜਾ ਸਾਡਾ ਕਿਸਾਨਾਂ ਦੀ ਜਿਹੜੀ ਜਥੇਬੰਦੀਆਂ ਨੇ ਉਹਨਾਂ ਦੀ ਤਾਂ ਹਾਲੇ ਸੀਟ ਦੀਆਂ ਜਿਹੜੀ ਐਡਜਸਟਮੈਂਟਸ ਨੇ ਉਹਨਾਂ ਦਾ ਕੰਮ ਚੱਲਣਾ ਹੋਊਗਾ, ਪਰ ਜਿਹੜੀ ਪ੍ਰੈਸ਼ਰ ਪਿਆ ਹੁਣ ਕਾਂਗਰਸ ਦੇ ਉੱਤੇ ਪਿਆ ਹੈ ਵੀ ਤੁਸੀਂ ਚੀਫ ਮਿਨਿਸਟਰ ਚਿਹਰਾ ਅਨਾਊਂਸ ਕਰੋ, ਕਿਉਂਕਿ ਦੋ ਵਜ਼ੀਰ ਬ੍ਰਹਮ ਮਹਿੰਦਰਾ ਅਤੇ ਰਾਣਾ ਗੁਰਜੀਤ ਸਿੰਘ ਨੇ ਤਾਂ ਖੁੱਲ੍ਹਮ ਖੁੱਲ੍ਹਾ ਹੀ ਕਹਿ ਦਿੱਤਾ ਕਿ ਅਸੀਂ ਚਰਨਜੀਤ ਚੰਨੀ ਨੂੰ ਹੀ ਬਤੌਰ ਚੀਫ ਮਿਨਿਸਟਰ ਚਿਹਰਾ ਪ੍ਰਜੈਂਟ ਕਰਨਾ ਚਾਹੀਦਾ, ਕਿਉਂਕਿ ਉਹਦੀ ਆਲਰੇਡੀ ਉਹਨਾਂ ਦੀ ਐਕਸੈਪਟੇਬਿਲਿਟੀ ਹੋ ਗਈ ਹੈ।
ਤੇ ਬੇਸ਼ੱਕ ਕਾਂਗਰਸ ਪਾਰਟੀ ਇਹ ਕਹਿ ਰਹੀ ਹੈ ਕਿ ਜੀ ਅਸੀਂ ਤਿੰਨ ਚਿਹਰਿਆਂ ਦੇ ਨਾਲ ਜਾਣਾ ਚਾਹਾਂਗੇ, ਨਵਜੋਤ ਸਿੱਧੂ, ਸੁਨੀਲ ਜਾਖੜ ਔਰ ਚਰਨਜੀਤ ਚੰਨੀ ਦੇ ਨਾਲ। ਦੂਸਰੇ ਪਾਸੇ ਜਿਹੜੀ ਕਾਂਗਰਸ ਦੇ ਉੱਤੇ ਪ੍ਰੈਸ਼ਰ ਇਹ ਵੀ ਪੈ ਰਿਹਾ ਕਿ ਜਿਹੜੀਆਂ ਸਾਡੀਆਂ ਸ਼ਡਿਊਲ ਕਾਸਟ ਪਾਪੂਲੇਸ਼ਨ ਹੈ ਉਹਨਾਂ ਵੱਲੋਂ ਵੀ ਪ੍ਰੈਸ਼ਰ ਕਾਂਗਰਸ ਦੇ ਉੱਤੇ ਪੈ ਰਿਹਾ ਉਹ ਕਿ ਜਿਹੜਾ ਪਹਿਲਾ ਸ਼ਡਿਊਲ ਕਾਸਟ ਚੀਫ ਮਿਨਿਸਟਰ ਪੰਜਾਬ ਦਾ ਬਣਿਆ ਉਹਨੂੰ ਬਤੌਰ CM ਪ੍ਰੋਪਰ ਵੀ ਟੈਨਿਓਰ ਵਾਸਤੇ ਪ੍ਰਜੈਂਟ ਕੀਤਾ ਜਾਵੇ ਤਾਂ ਕਾਂਗਰਸ ਨੂੰ ਵੋਟਾਂ ਮਿਲਦੀਆਂ ਨੇ। ਜੇ ਇੱਕ ਕੋਈ ਭੰਬਲ ਭੂਸਾ ਜਿਹਾ ਪਾਇਆ ਜਾਂਦਾ ਤੇ ਇਹਦੇ ਵਿੱਚ ਦੁਵਿਧਾ ਰਹਿੰਦੀ ਆ ਕਿ ਚੰਨੀ ਅਗਲੇ ਮੁੱਖ ਮੰਤਰੀ ਹੋਣਗੇ ਜਾਂ ਨਹੀਂ, ਫਿਰ ਸ਼ਾਇਦ ਜਿਹੜੀ ਸ਼ਡਿਊਲ ਕਾਸਟ ਪਾਪੂਲੇਸ਼ਨ ਵੱਲੋਂ ਇੰਨਾ ਹੁੰਗਾਰਾ ਨਾ ਮਿਲੇ। ਕਾਂਗਰਸ ਦੇ ਵਿੱਚੋਂ ਹੁਣ ਇਹ ਆ ਰਿਹਾ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਵਿੱਚ ਅਸੀਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਹੁੰਗਾਰਾ ਜਾਂ ਉਹਨਾਂ 'ਚ ਜੋਸ਼ ਵਧਿਆ ਭਗਵੰਤ ਮਾਨ ਦੇ ਨਾਂ ਨੂੰ ਕਲੀਅਰ ਕਰਨ ਤੋਂ ਬਾਅਦ, ਕਾਂਗਰਸ ਦੇ ਜਿਹੜਾ ਰੈਂਕ ਆ ਜਾਂ ਜਿਹੜੀਆਂ ਪਾਰਟੀ ਦੇ ਜਿਹੜੇ ਵਰਕਰਸ ਨੇ ਉਹ ਵੀ ਹੁਣ ਆਪਣੀ ਪਾਰਟੀ ਦੇ ਉੱਤੇ ਪ੍ਰੈਸ਼ਰ ਪਾ ਰਹੇ ਨੇ ਕਿ ਜੇ ਅਸੀਂ ਚੀਫ ਮਿਨਿਸਟਰ ਚਿਹਰਾ ਨਹੀਂ ਅਨਾਊਂਸ ਕਰਦੇ ਤਾਂ ਸਾਡਾ ਨੁਕਸਾਨ ਹੋ ਸਕਦਾ ਤੇ ਆਮ ਆਦਮੀ ਪਾਰਟੀ ਨੂੰ ਕੰਪੀਟੀਸ਼ਨ ਅਸੀਂ ਤਾਂ ਹੀ ਦੇ ਸਕਦੇ ਹਾਂ ਜੇ ਅਸੀਂ ਵੀ ਚੀਫ ਮਿਨਿਸਟਰ ਚਿਹਰਾ ਅਨਾਊਂਸ ਕਰਦੇ ਹਾਂ। ਪਰ ਉਹਦੇ ਵਿੱਚ ਜੇ ਚੰਨੀ ਨੂੰ ਪ੍ਰਜੈਂਟ ਕਰਦੇ ਆ ਤਾਂ ਸ਼ਾਇਦ ਨਵਜੋਤ ਸਿੱਧੂ ਖੇਮਾ ਰੁੱਸ ਜੇ, ਜੇ ਨਵਜੋਤ ਸਿੱਧੂ ਨੂੰ ਪ੍ਰਜੈਂਟ ਕਰਦੇ ਆ ਚੀਫ ਮਿਨਿਸਟਰ ਚਿਹਰਾ ਤਾਂ ਸ਼ਾਇਦ ਚੰਨੀ ਖੇਮਾ ਔਰ ਜਿਹੜੇ ਸ਼ਡਿਊਲ ਕਾਸਟ ਵੋਟਰਸ ਨੇ ਉਹ ਰੁੱਸ ਜਾਣ। ਕਾਂਗਰਸ ਪਾਰਟੀ ਵਾਸਤੇ ਬੜੀ ਹੀ ਦੁਚਿੱਤੀ ਵਾਲੀ ਸਿਚੁਏਸ਼ਨ ਪੈਦਾ ਹੋ ਗਈ ਹੈ, ਕੈਸ਼ 22 ਸਿਚੁਏਸ਼ਨ ਤੇ ਆਉਣ ਵਾਲੇ ਦਿਨਾਂ 'ਚ ਇਹਨਾਂ ਦੀ ਪਾਰਟੀ ਦੀ ਲੀਡਰਸ਼ਿਪ ਇਸ ਨੂੰ ਕਿਸ ਤਰ੍ਹਾਂ ਸੁਲਝਾਉਂਦੀ ਹੈ ਕਿਉਂਕਿ ਜਿਹੜੀ ਹਾਈ ਕਮਾਂਡ ਆ ਅਸੀਂ ਆਲਰੇਡੀ ਦੇਖ ਚੁੱਕੇ ਹਾਂ ਕਾਂਗਰਸ ਦੀ, ਉਹ ਦਿਨ ਪ੍ਰਤੀ ਦਿਨ ਉਹ ਜਿਹੜੀ ਹੈਗੀ ਉਹਦੀ ਕਮਜ਼ੋਰੀ ਜਿਹੜੀ ਹੈ ਜ਼ਿਆਦਾ ਉਹ ਉਜਾਗਰ ਹੋ ਰਹੀ ਹੈ, ਬਨਸਪਤ ਉਹਨਾਂ ਦੀ ਕੋਈ ਜਿਹੜੀ ਕੋਈ ਸਟਰੈਂਥ ਹੋਵੇ। ਜੀ ਪੰਦੇਰ ਸਾਹਿਬ, ਹੁਣ BJP ਅਤੇ ਕੈਪਟਨ ਸਾਹਿਬ ਦੇ ਵਿਚਕਾਰ ਸੀਟ ਸ਼ੇਅਰਿੰਗ ਅਗਰੀਮੈਂਟ ਹੋ ਗਿਆ, ਸੋ ਕਿੰਨੀਆਂ ਸੀਟਾਂ ਦਿੱਤੀਆਂ ਜਾ ਰਹੀਆਂ ਕੈਪਟਨ ਸਾਹਿਬ ਨੂੰ BJP ਵੱਲੋਂ? ਆਪਣਾ ਵਾਸੂ ਜੀ, ਮੈਂ ਨਾ ਇੱਕ ਇਸ ਤੋਂ ਪਹਿਲਾਂ ਥੋੜ੍ਹੀ ਜਿਹੀ ਟਿੱਪਣੀ ਇੱਕ ਆਪਣੀ ਪੁਰਾਣੀ ਖਬਰ 'ਚ ਰਹਿ ਗਈ ਸੀ ਉਹ ਦੱਸਣੀ ਚਾਹੁੰਦਾ, ਆਪਣੇ ਸਰੋਤਿਆਂ ਦੇ ਨਾਲ ਸਾਂਝੀ ਕਰਨਾ ਚਾਹੁੰਦਾ। ਇੱਕ ਅੰਕੜਾ ਹੈ ਮੇਰੇ ਕੋਲ ਕਿ 9 ਸਾਲਾਂ ਦੇ ਵਿੱਚ ਜਿਹੜੀ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਪਿਛਲੇ 9 ਸਾਲਾਂ ਦੇ ਵਿੱਚ 1700 ਰੇਡ ਕੀਤੀਆਂ, ਇਹਦੇ ਵਿੱਚ 1559 ਕੇਸ ਕੀਤੇ ਅਤੇ ਹੁਣ ਤੱਕ ਸਿਰਫ 9 ਕਨਵਿਕਸ਼ਨਸ ਨੇ ਜੀ 9 ਸਾਲਾਂ 'ਚ। ਬਈ ਤੁਸੀਂ ਸਾਲ ਦੇ ਵਿੱਚ ED ਦੀ ਜਿਹੜੀ ਕਾਰਗੁਜ਼ਾਰੀ ਆ ਉਹਦੇ ਉੱਤੇ ਵੀ ਬੜਾ ਵੱਡਾ ਪ੍ਰਸ਼ਨ ਚਿੰਨ੍ਹ ਇਹ ਖੜਾ ਹੁੰਦਾ। ਔਰ ਨਾਲ ਦੀ ਨਾਲ ਇਹ ਹੈ ਕਿ ਜਿਹੜੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਦੇ ਹੀ ਕੇਸ ਦੇ ਵਿੱਚ ਸੁਖਪਾਲ ਖਹਿਰਾ ਨੂੰ ਫੜ ਕੇ ਅੰਦਰ ਦਿੱਤਾ ਹੋਇਆ ਸੀ, ਉਹਨੂੰ ਤਾਂ ਜਿਹੜੀ ਹੈਗੀ ਆ ਕਾਂਗਰਸ ਪਾਰਟੀ ਟਿਕਟ ਦਿੰਦੀ ਆ ਔਰ ਨਵਜੋਤ ਸਿੱਧੂ ਉਹਨਾਂ ਦੀ ਸਪੋਰਟ 'ਚ ਖੜੇ ਹੁੰਦੇ। ਜਦੋਂ ਚਰਨਜੀਤ ਚੰਨੀ ਦੇ ਉੱਪਰ ਇਹ ਕੇਸ ਆਉਂਦਾ ਤੇ ਨਵਜੋਤ ਸਿੱਧੂ ਚੁੱਪ ਹੋ ਜਾਂਦੇ ਨੇ, ਤਾਂ ਕਾਂਗਰਸ ਦੇ ਅੰਦਰੂਨੀ ਜਿਹੜੀ ਹੈਗੀ ਆ ਖਾਨਾ ਜੰਗੀ ਉਹ ਵੀ ਇਸ 'ਚੋਂ ਸਿੱਧ ਹੋ ਰਹੀ ਹੈ। ਆਪਾਂ ਜਿਹੜਾ ਤੁਹਾਡਾ ਓਰੀਜਨਲ ਸਵਾਲ ਸੀਗਾ ਉਹਦੇ ਉੱਪਰ ਗੱਲ ਕਰਦੇ ਹਾਂ ਕਿ ਜਿਹੜੀ ਸੀਟ ਸ਼ੇਅਰਿੰਗ ਹੋਈ ਆ ਉਹਦੇ 'ਚ ਮੀਟਿੰਗ ਹੋਈ ਆ BJP ਦੀ ਆਪਣੇ ਕੈਪਟਨ ਅਮਰਿੰਦਰ ਸਿੰਘ ਔਰ ਸੁਖਦੇਵ ਸਿੰਘ ਢੀਂਡਸਾ ਉਹਨਾਂ ਦੇ ਵਿੱਚ, ਉਹਨਾਂ 'ਚ ਜਿਹੜੀ ਸਾਡੇ ਕੋਲ ਪ੍ਰਾਪਤ ਜਾਣਕਾਰੀ ਆ ਉਹਦੇ 'ਚ ਇਹ ਹੈ ਕਿ BJP 60 ਤੋਂ 62 ਸੀਟਾਂ ਦੇ ਉੱਤੇ ਆਪਣੇ ਕੈਂਡੀਡੇਟ ਖੜੇ ਕਰੇਗੀ। ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਆ ਉਹ 38 ਤੋਂ 40 ਸੀਟਾਂ ਹੋ ਸਕਦੀਆਂ ਨੇ, ਜਿਹੜਾ ਸੰਯੁਕਤ ਅਕਾਲੀ ਦਲ ਆ ਉਹ 10 ਤੋਂ 12। ਨਾਲ ਦੀ ਨਾਲ ਇਹਦੇ ਵਿੱਚ ਵਾਸੂ ਜੀ ਗੱਲ ਇਹ ਵੀ ਆ ਰਹੀ ਹੈ ਕਿ ਸ਼ਾਇਦ 4 ਸੀਟਾਂ BJP ਲੋਕ ਇਨਸਾਫ਼ ਪਾਰਟੀ ਜਿਹੜੀ ਹੈਗੀ ਆ ਬੈਂਸ ਭਰਾਵਾਂ ਦੀ, ਸਿਮਰਜੀਤ ਬੈਂਸ ਉਹਨਾਂ ਦੀ, ਉਹਨਾਂ ਨੂੰ ਵੀ ਛੱਡ ਸਕਦੀ ਹੈ ਕਿਉਂਕਿ ਉਹਨਾਂ ਦਾ ਵੀ ਅਲਾਇੰਸ ਜਿਹੜਾ ਸੀ ਆਮ ਆਦਮੀ ਪਾਰਟੀ ਨਾਲ ਨਹੀਂ ਹੋ ਸਕਿਆ। ਅਤੇ ਜਿਹੜੇ ਹੈਗੇ ਆ ਸਿਮਰਜੀਤ ਬੈਂਸ ਉਹਨਾਂ ਨੂੰ ਜਿਹੜੀ ਕਾਂਗਰਸ ਸਰਕਾਰ ਦੇ ਦੌਰਾਨ ਇੱਕ ਬਲਾਤਕਾਰ ਦਾ ਕੇਸ ਵੀ ਫੇਸ ਕਰਨਾ ਪੈ ਰਿਹਾ ਸੀ। ਇਹ ਬੜੀ ਦਿਲਚਸਪ ਕਹਾਣੀਆਂ ਨੇ ਕਿ ਜਿਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਹੋਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਤੁਹਾਨੂੰ ਯਾਦ ਹੋਣਾ ਕਿ ਜਿਹੜੀ ਸੀ ਇਨਕਮ ਟੈਕਸ ਦੇ ਅਤੇ ਹੋਰ ਮਾਮਲਿਆਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦੇ ਉੱਤੇ ਵੀ ਕਾਫੀ ਕੇਸ ਚੱਲ ਰਹੇ ਸੀ, ਤਾਂ ਫਿਰ ਉਹਨਾਂ ਨੇ BJP ਦਾ ਪੱਲਾ ਫੜ ਲਿਆ। ਹੁਣ ਸਿਮਰਜੀਤ ਬੈਂਸ ਹੋਣੀ ਵੀ ਜਿਹੜੇ ਬੈਂਸ ਭਰਾ ਨੇ ਉਹ ਵੀ BJP ਦੇ ਵੱਲ ਜਾਂਦੇ ਨਜ਼ਰ ਆ ਰਹੇ ਨੇ, ਔਰ ਇਹ ਦੇਖ ਰਿਹਾ ਕਿ ਅਕਾਲੀ ਦਲ ਦਾ ਅਤੇ BJP ਦਾ ਅਲਾਇੰਸ ਜਦੋਂ ਟੁੱਟ ਗਿਆ ਉਸ ਤੋਂ ਬਾਅਦ 'ਚੋਂ ਉੱਧਰ ਉਹਨਾਂ ਦੀਆਂ ਨਜ਼ਦੀਕੀਆਂ ਵੀ ਵਧੀਆ ਨੇ। ਜਿਹੜੀ BJP ਦੀ ਕੇਂਦਰੀ ਇਲੈਕਸ਼ਨ ਕਮੇਟੀ ਹੈ CEC ਜਿਸਨੂੰ ਕਿਹਾ ਜਾਂਦਾ, ਉਹਦੀ ਮੀਟਿੰਗ ਚੱਲ ਰਹੀ, ਉਹਦੀਆਂ ਮੀਟਿੰਗ ਬੜੀਆਂ ਸ਼ਿੱਦਤ ਨਾਲ ਚੱਲ ਰਹੀ ਹੈ। ਪਹਿਲੀ ਲਿਸਟ ਉਹ ਅੱਜ ਸ਼ਾਇਦ ਜਾਰੀ ਕਰ ਦੇਣਗੇ। 2 ਲਿਸਟਾਂ ਕਰਨੀਆਂ ਨੇ ਜੀ ਅੱਜ BJP ਦੀਆਂ। ਇੱਕ ਤਾਂ ਜਿਹੜੀ ਪਹਿਲਾ ਫੇਜ਼ ਹੈਗਾ ਫਰਵਰੀ 10 ਨੂੰ,
ਜੀ ਯੂਪੀ ਦੇ ਵਿੱਚ ਪਹਿਲੇ ਪੜਾਅ ਦੀਆਂ ਚੋਣਾਂ ਹੋਣੀਆਂ ਨੇ, ਵੋਟਾਂ ਪੈਣੀਆਂ ਨੇ, ਉਹਦੇ ਵਿੱਚ ਉਸ ਦੀਆਂ ਲਿਸਟਾਂ ਹੋਣਗੀਆਂ ਅਤੇ ਪੰਜਾਬ ਦੀਆਂ ਵੀ ਉਹ ਸ਼ਾਇਦ ਕੋਈ 40 ਸੀਟਾਂ ਦੇ ਬਾਰੇ ਕੋਈ ਅੱਜ ਨਾਂ ਰਿਲੀਜ਼ ਕੀਤੇ ਜਾ ਰਹੇ। ਬੀਜੇਪੀ ਵੱਲੋਂ ਇਹ ਬੜਾ ਹੈਗਾ ਕਿ ਆਪਣੇ ਕੈਂਡੀਡੇਟ ਅਨਾਊਂਸ ਕਰੇ ਕੀਤਾ ਜਾਵੇ, ਕਿਉਂਕਿ ਵਾਸੂ ਜੀ ਸਾਨੂੰ ਪਤਾ ਹੀ ਹੈ ਕਿ ਇਲੈਕਸ਼ਨ ਕਮਿਸ਼ਨ ਨੇ ਕਾਫੀ ਪਾਬੰਦੀਆਂ ਲਗਾ ਦਿੱਤੀਆਂ ਨੇ। ਤੁਸੀਂ ਕੈਂਪੇਨ ਜਿਹੜੀ ਹੈਗੀ ਹੈ ਡਾਇਰੈਕਟ ਨਹੀਂ ਕਰ ਸਕਦੇ, ਇਨਡਾਇਰੈਕਟ ਕੈਂਪੇਨ ਵਾਸਤੇ ਜ਼ਿਆਦਾ ਟਾਈਮ ਚਾਹੀਦਾ। ਸੋ ਪਾਰਟੀਆਂ ਦੇ ਉੱਤੇ ਇਹ ਵੀ ਬੜਾ ਪ੍ਰੈਸ਼ਰ ਹੈ ਕਿ ਛੇਤੀ ਤੋਂ ਛੇਤੀ ਅਨਾਊਂਸ ਕੀਤੇ ਜਾਣ, ਤਾਂ ਕਿ ਜਿਹੜੇ ਉਹਨਾਂ ਦੇ ਕੈਂਡੀਡੇਟ ਨੇ ਉਹ ਲੋਕਾਂ ਨੂੰ ਆਪਣੇ ਜਿਹੜਾ ਵੀ ਤੌਰ ਤਰੀਕਾ ਵਰਤ ਸਕਦੇ ਆ ਉਹ ਪਹੁੰਚ ਕਰ ਸਕਣ। ਅਤੇ ਪੰਦੇਸ਼ ਸਾਹਿਬ, ਜੇ ਹੁਣ ਪੰਜਾਬ ਤੋਂ ਹਟ ਕੇ ਗੱਲ ਗੋਆ ਦੀ ਕਰੀਏ ਤਾਂ ਗੋਆ ਦੇ ਵਿੱਚ ਸ਼ਿਵ ਸੈਨਾ ਅਤੇ NCP ਦਾ ਆਪਸ ਵਿੱਚ ਗੱਠਜੋੜ ਹੋ ਗਿਆ ਅਤੇ ਆਮ ਆਦਮੀ ਪਾਰਟੀ ਨੇ ਉੱਥੇ ਅਮਿਤ ਪਾਲੇਕਰ ਨੂੰ ਆਪਣੇ CM ਕੈਂਡੀਡੇਟ ਵਜੋਂ ਐਲਾਨਿਆ। ਸੋ ਉੱਥੇ ਗੋਆ ਦੀ ਰਾਜਨੀਤੀ ਵਿੱਚ ਕੀ ਚੱਲ ਰਿਹਾ ਜੀ? ਬਸ ਜੀ, ਗੋਆ ਦੀਆਂ ਵੀ ਚੋਣਾਂ ਪੰਜਾਬ ਦੇ ਨਾਲ ਹੀ ਹੈ। ਇਹ ਜਿਹੜੀਆਂ 5 ਸੂਬੇ ਨੇ ਜਿਨ੍ਹਾਂ 'ਚ ਪੰਜਾਬ, ਉੱਤਰਾਖੰਡ, UP ਔਰ ਮਣੀਪੁਰ ਨਾਲ ਨੇ, ਉਹਨਾਂ ਦੇ ਵਿੱਚ ਗੋਆ ਵੀ ਹੈ। ਗੋਆ ਦੇ ਵਿੱਚ ਬੇਸ਼ੱਕ ਛੋਟਾ ਸੂਬਾ ਹੈ, ਮਹਾਰਾਸ਼ਟਰ ਦੇ ਕੋਲ ਆ, ਉੱਥੇ ਵੀ ਕਾਫੀ ਇਨਫਲੂਐਂਸ ਜਿਹੜਾ ਹੈ ਸ਼ਿਵ ਸੈਨਾ ਦਾ ਕਾਫੀ ਹੁੰਦਾ ਅਤੇ ਨਾਲ ਹੀ ਕਾਂਗਰਸ ਦਾ ਔਰ ਨੈਸ਼ਨਲ ਜਿਹੜੀ ਹੈਗੀ ਆ ਸ਼ਰਦ ਪਵਾਰ ਦੀ ਹੈਗੀ ਆ ਨੈਸ਼ਨਲ ਕਾਂਗਰਸ ਪਾਰਟੀ ਜਿਹੜੀ ਹੈਗੀ ਆ ਉਹਨਾਂ ਦਾ ਵੀ ਜਿਹੜਾ ਹੈਗਾ ਅਸਲ ਰਸੂਖ ਕਾਫੀ ਹੈ। ਅਤੇ ਉਹਦੇ ਵਿੱਚ ਜਿਹੜੀ ਹੈਗੀ ਆ ਗੱਠਜੋੜ ਜਿਸ ਤਰ੍ਹਾਂ ਮਹਾਰਾਸ਼ਟਰ ਦੇ ਵਿੱਚ ਚੱਲ ਰਿਹਾ, ਉਹਦੇ ਵਿੱਚ 3 ਪਾਰਟੀਆਂ ਦਾ ਗੱਠਜੋੜ ਆ, NCP ਦਾ, ਸ਼ਿਵ ਸੈਨਾ ਦਾ ਅਤੇ ਕਾਂਗਰਸ ਦਾ। ਜਿਹੜੇ ਚੀਫ ਮਿਨਿਸਟਰ ਨੇ ਉਹ ਸ਼ਿਵ ਸੈਨਾ ਦੇ ਨੇ। ਅਤੇ ਹੁਣ ਇਸੇ ਤਰ੍ਹਾਂ ਗੋਆ ਦੇ ਵਿੱਚ ਵੀ ਉਹਨਾਂ ਨੇ ਇਹ ਗੱਲ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਉਹਦੇ 'ਚੋਂ ਕਾਂਗਰਸ ਸ਼ਾਇਦ ਬਾਹਰ ਰਹੀ ਹੈ। ਕਾਂਗਰਸ ਉੱਥੇ ਆਪਣੇ ਆਪ ਹੀ ਲੜਨਾ ਚਾਹੁੰਦੇ ਆ। ਇਹਦੇ 'ਚ ਕਾਂਗਰਸ ਦੀ ਜਿਹੜੀ ਹੈਗੀ ਆ ਜਿਹੜੀ ਲੀਡਰਸ਼ਿਪ ਆ ਉਹਦਾ ਕੀ ਤਰਕ ਹੈ ਇਹ ਤਾਂ ਨਹੀਂ ਉਹਨਾਂ ਦੇ ਵੱਲੋਂ ਸਾਹਮਣੇ ਆਇਆ, ਪਰ ਜਿਹੜਾ NCP ਜਿਹੜਾ ਇੱਕ ਬਣ ਰਿਹਾ ਸੀ ਮੁਹਿੰਮ ਕਿ ਇੱਕ ਯੂਨਾਈਟਿਡ ਫਰੰਟ ਬਣਾ ਕੇ 2024 ਦੀਆਂ ਇਲੈਕਸ਼ਨਸ ਦੇ ਵਾਸਤੇ ਇੱਕ ਯੂਨਾਈਟਿਡ ਫਰੰਟ ਹੋਵੇ BJP ਦੇ ਖਿਲਾਫ ਔਰ ਮੋਦੀ ਦੇ ਖਿਲਾਫ, ਉਹਦੀਆਂ ਤਰੇੜਾਂ ਨਜ਼ਰ ਜ਼ਰੂਰ ਆਉਂਦੀਆਂ ਨੇ ਕਿ ਕਾਂਗਰਸ ਦੀਆਂ ਔਰ ਸ਼ਰਦ ਪਵਾਰ ਦੀ ਸ਼ਾਇਦ ਨੇੜਤਾ ਉਨੀ ਨਾ ਰਹੀ ਹੋਵੇ। ਇੱਕ ਇਹ ਹੈ, ਆਮ ਆਦਮੀ ਪਾਰਟੀ ਨੇ ਬਿਲਕੁਲ ਠੀਕ ਕਿਹਾ ਜੀ, ਆਪਣੇ ਜਿਹੜੇ ਸੀਗੇ ਪਾਲੇਕਰ ਉਹਨਾਂ ਨੂੰ ਅਨਾਊਂਸ ਕਰ ਦਿੱਤਾ। ਉੱਥੇ ਆਮ ਆਦਮੀ ਪਾਰਟੀ ਪੰਜਾਬ ਤੋਂ ਬਾਅਦ ਉੱਤਰਾਖੰਡ ਔਰ ਗੋਆ ਦੇ ਵਿੱਚ ਇਸ ਵਾਰ ਕਾਫੀ ਜ਼ੋਰ ਲਾ ਰਹੇ ਆ ਕਿ ਉਹਨਾਂ ਦੀ ਜਿਹੜੀ ਪਰਫਾਰਮੈਂਸ ਹੈ ਦਿੱਲੀ ਤੋਂ ਬਾਹਰ ਕਿਸ ਲੈਵਲ ਦੇ ਉੱਤੇ ਥੋੜ੍ਹੀ ਜਿਹੀ ਵਾਜੇ। ਜਿਹੜੀਆਂ ਪਿੱਛੇ ਜੇ ਕੁਛ ਚੋਣਾਂ ਵੀ ਹੋਈਆਂ ਸੀ ਉਹਦੇ 'ਚ ਆਮ ਆਦਮੀ ਪਾਰਟੀ ਨੂੰ ਉੱਥੇ ਕਾਫੀ ਹੁੰਗਾਰਾ ਵੀ ਮਿਲਿਆ ਗੋਆ ਦੇ ਵਿੱਚ। ਸੋ ਗੋਆ ਦੇ ਵਿੱਚ ਵੀ ਜਿਹੜੇ ਅਰਵਿੰਦ ਕੇਜਰੀਵਾਲ ਦੀਆਂ ਨਿਗਾਹ ਪੂਰੀ ਜੰਮੀਆਂ ਹੋਈਆਂ ਨੇ। ਆਮ ਆਦਮੀ ਪਾਰਟੀ ਦੀ ਜਿਹੜੀ ਪਰਫਾਰਮੈਂਸ ਆ, ਆਈ ਥਿੰਕ ਜਿਸ ਤਰ੍ਹਾਂ ਭਗਵੰਤ ਮਾਨ ਦੇ ਹੱਥ 'ਚ ਕੈਂਪੇਨ ਦੇ ਕੇ, ਮੁਹਿੰਮ ਦੇ ਕੇ ਪੰਜਾਬ ਦੇ ਵਿੱਚ, ਹੋ ਸਕਦਾ ਅਰਵਿੰਦ ਕੇਜਰੀਵਾਲ ਕਾਫੀ ਸੁਰਖਰੂ ਹੋ ਗਏ ਹੋਣ ਔਰ ਗੋਆ ਔਰ ਉੱਤਰਾਖੰਡ ਦੇ ਉੱਤੇ ਜ਼ਿਆਦਾ ਧਿਆਨ ਦੇ ਸਕਦੇ ਨੇ। ਇਹ ਆਉਣ ਵਾਲੇ ਦਿਨਾਂ 'ਚ ਬੜੀਆਂ ਦਿਲਚਸਪ ਕਹਾਣੀਆਂ ਬਣਦੀਆਂ ਜਿਹੜੀਆਂ ਚੋਣਾਂ ਦੇ ਵਿੱਚ ਸਾਨੂੰ ਨਜ਼ਰ ਆਉਣਗੀਆਂ ਜੀ। ਅਤੇ ਇੱਕ ਅਜਿਹੀ ਦਿਲਚਸਪ ਕਹਾਣੀ ਜਿਹੜੀ UP ਵਿੱਚੋਂ ਸਾਹਮਣੇ ਆ ਰਹੀ ਹੈ ਕਿ ਅਖਿਲੇਸ਼ ਯਾਦਵ ਦੀ ਭਾਬੀ, ਉਹਨਾਂ ਨੇ BJP ਜੁਆਇਨ ਕਰ ਲਈ ਅਤੇ ਉਹਨਾਂ ਨੇ ਕਿਹਾ ਵੀ ਮੋਦੀ ਜੀ ਬੜੇ ਰਿਸਪੈਕਟਡ ਨੇ ਅਤੇ ਰਿਸਪੈਕਟਡ ਮੋਦੀ ਜੀ ਐਂਡ ਯੋਗੀ ਜੀ। ਸੋ ਉਹਨਾਂ ਨੂੰ ਇੱਦਾਂ ਸੰਬੋਧਨ ਕਰ ਰਹੇ ਨੇ ਅਤੇ ਨਾਲ ਹੀ ਉੱਥੇ BJP ਵੱਲੋਂ UP ਦੇ ਵਿੱਚ ਮੇਨਕਾ ਗਾਂਧੀ ਨੂੰ ਸਟਾਰ ਕੈਂਪੇਨਰਸ ਦੀ ਸੂਚੀ ਵਿੱਚੋਂ ਬਾਹਰ ਰੱਖਿਆ ਜਾ ਰਿਹਾ, ਉਹਨਾਂ ਦਾ ਇਸਤੇਮਾਲ ਨਹੀਂ ਕੀਤਾ ਜਾ ਰਿਹਾ। ਅਖਿਲੇਸ਼ ਯਾਦਵ ਦੀ ਭਰਜਾਈ ਰਾਦਰ ਜਿਹੜੇ ਮੁਲਾਇਮ ਸਿੰਘ ਯਾਦਵ ਦੇ ਉਹਨਾਂ ਦੀ ਅਖਿਲੇ ਸਟੈਪ ਬ੍ਰਦਰ ਦੀ ਵਾਈਫ ਹੈ ਜੀ ਅਰਪਨਾ ਯਾਦਵ, ਉਹਨਾਂ ਨੇ ਜੁਆਇਨ ਕੀਤਾ ਜੀ BJP ਨੂੰ। ਅਤੇ ਉਹਦੇ ਵਿੱਚ ਅਖਿਲੇਸ਼ ਯਾਦਵ ਉਹਨਾਂ ਦਾ ਵੀ ਬੜਾ ਦਿਲਚਸਪ ਰਿਐਕਸ਼ਨ ਆਇਆ, ਕਹਿੰਦੇ ਜੀ ਅਸੀਂ ਬਹੁਤ ਮਸ਼ਕੂਰ ਹਾਂ ਅਤੇ ਅਸੀਂ ਆਸ ਕਰਦੇ ਹਾਂ ਕਿ ਜਿਹੜੇ ਹੈਗੇ ਆ ਅਲਪਨਾ ਯਾਦਵ ਸਮਾਜਵਾਦੀ ਪਾਰਟੀ ਦੀ ਜਿਹੜੀ ਆਈਡੀਆਲੋਜੀ ਆ ਉਹ BJP 'ਚ ਲੈ ਕੇ ਜਾਣ ਔਰ BJP ਇਸ ਦਾ ਸ਼ਾਇਦ ਕੋਈ ਫਾਇਦਾ ਉਠਾ ਸਕਣ ਆਪਣੀ ਆਈਡੀਆਲੋਜੀ ਪ੍ਰੋ ਪੀਪਲ ਕਰਨ ਵਾਸਤੇ। ਅਤੇ ਉਹਦੇ ਵਿੱਚ ਕਾਫੀ ਜਿਹੜੀ ਹੈਗੀ ਆ ਇਹ ਪਿਛਲੇ ਦਿਨੀ ਸਮਾਜਵਾਦੀ ਪਾਰਟੀ ਔਰ BJP ਦਾ ਆਪਸ ਦੇ ਵਿੱਚ ਇੱਕ ਤੁਸੀਂ ਇਹ ਕਹਿ ਸਕਦੇ ਹੋ ਕੰਪੀਟੀਸ਼ਨ ਸੀ ਕਿ ਇੱਕ ਦੂਜੇ ਦੇ ਜਿਹੜੇ ਲੋਕੀ ਆ ਉਹਨਾਂ ਨੂੰ ਆਪਣੇ ਵੱਲ ਖਿੱਚਣ ਦਾ। ਸਮਾਜਵਾਦੀ ਪਾਰਟੀ ਨੇ BJP ਦੇ ਕਈ ਸਿਟਿੰਗ ਮਿਨਿਸਟਰ ਔਰ MLA ਆਪਣੇ ਵੱਲ ਇਕੱਠੇ ਕਰ ਲਏ ਸੀ। ਸੋ ਜਿਸ ਨੂੰ ਤੁਸੀਂ ਇਹ ਕਹਿ ਸਕਦੇ ਹੋ ਉਹਨਾਂ ਨੇ
ਹੁਣ ਉਹਦਾ ਇੱਕ ਜਵਾਬ ਬੀਜੇਪੀ ਵੱਲੋਂ ਇਹ ਕਿਹਾ ਜਾ ਸਕਦਾ। ਪਰ ਦੂਸਰੇ ਪਾਸੇ ਜਿਹੜੀ ਤੁਸੀਂ ਆ ਗੱਲ ਕੀਤੀ ਹੈ ਕਿ ਮੇਨ ਜਿਹੜੀ ਸਟਾਰ ਕੈਂਪੇਨਰ ਦੀ ਗੱਲ ਕੀਤੀ ਹੈ, ਜਿਹੜੀ ਅਸੀਂ ਪਿਛਲੀ ਖਬਰ ਦੇ ਵਿੱਚ ਇਹਦਾ ਜ਼ਿਕਰ ਕੀਤਾ ਸੀ, ਜਿਹੜੀ ਇਲੈਕਸ਼ਨ ਸੈਂਟਰਲ ਇਲੈਕਸ਼ਨ ਕਮੇਟੀ ਆ ਬੀਜੇਪੀ ਦੀ, ਉਹਦੀਆਂ ਮੀਟਿੰਗ ਬਾਅਦ ਦਸਤੂਰ ਚੱਲ ਰਹੀਆਂ ਨੇ, ਉਹਦੇ ਵਿੱਚ ਇਸ ਤੋਂ ਤਾਂ ਜ਼ਾਹਿਰ ਹੋ ਗਿਆ ਕਿ ਪ੍ਰਧਾਨ ਮੰਤਰੀ ਮੋਦੀ ਜਿਹੜੇ ਹੈਗੇ ਆ ਉਹ ਯੂਪੀ ਦੇ ਵਿੱਚ ਕੈਂਪੇਨ ਨੂੰ ਲੀਡ ਕਰਨਗੇ, ਨਾਲ ਉਹਨਾਂ ਦੇ ਜਿਹੜੇ ਜੇ ਪੀ ਨੱਡਾ ਜਿਹੜੇ ਬੀਜੇਪੀ ਦੇ ਪ੍ਰਧਾਨ ਨੇ, ਔਰ ਆਪਣੇ ਯੋਗੀ ਆਦਿੱਤਿਆ ਨਾਥ ਉਹ ਨਾਲ ਹੋਣਗੇ ਉਹਨਾਂ ਦੇ ਐਜ਼ ਸਟਾਰ ਕੈਂਪੇਨ। ਬਾਕੀ ਦੇ ਵੀ ਮਿਨਿਸਟਰ 30 ਜਿਹੜੀ ਲਿਸਟ ਬਣਾਈ ਹੈ ਉਹਦੇ ਵਿੱਚ ਮੇਨਕਾ ਗਾਂਧੀ ਔਰ ਉਹਨਾਂ ਦੇ ਬੇਟੇ ਵਰੁਣ ਗਾਂਧੀ ਦਾ ਨਾਂ ਨਹੀਂ ਹੈਗਾ। ਇਹ ਇਸ ਲਈ ਹੈ ਕਿ ਪਿਛਲਾ ਜਦੋਂ ਕਿਸਾਨੀ ਸੰਘਰਸ਼ ਹੋਇਆ ਸੀ ਉਹਦੇ ਵਿੱਚ ਦੋਨੋਂ ਮੇਨਕਾ ਔਰ ਵਰੁਣ ਗਾਂਧੀ ਨੇ ਕਿਸਾਨਾਂ ਦੇ ਹੱਕ 'ਚ ਕਾਫੀ ਬਿਆਨ ਦਿੱਤੇ ਸਨ, ਔਰ ਉਹਦੇ ਨਾਲ ਬੀਜੇਪੀ ਦਾ ਇੱਕ ਖੇਮਾ ਜਿਹੜਾ ਹੈ ਉਹ ਕਾਫੀ ਨਾਰਾਜ਼ ਚੱਲ ਰਿਹਾ ਸੀ। ਔਰ ਕਿਉਂਕਿ ਵਰੁਣ ਗਾਂਧੀ ਔਰ ਮੇਨਕਾ ਗਾਂਧੀ ਵੈਸਟਰਨ ਯੂਪੀ ਦੇ ਵਿੱਚੋਂ ਰੱਖਦੇ, ਉਹਨਾਂ ਦੀ ਕੌਨਸਟੀਟੂਐਂਸੀਜ਼ ਪੈਂਦੀਆਂ ਨੇ, ਉਹਨਾਂ ਨੂੰ ਵੈਸਟਰਨ ਯੂਪੀ ਦੇ ਵਿੱਚ ਜਿਹੜਾ ਸੀਗਾ ਜੀ ਆਪਣੇ ਟਿਕਾਇਤ ਉਹਨਾਂ ਦਾ ਸਾਰੇ ਦਾ ਸਾਰਾ ਜਿਹੜਾ ਇਨਫਲੂਐਂਸ ਉਹ ਇੱਧਰਲੇ ਪਾਸੇ ਆ। ਸੋ ਉਹਨਾਂ ਨੂੰ ਆਪਣਾ ਇੰਟਰਸਟ ਰੱਖ ਸਾਹਮਣੇ ਰੱਖਦੇ ਹੋਏ ਉਹਨਾਂ ਨੇ ਕੁਛ ਹਮਦਰਦੀ ਦੇ ਸ਼ਬਦ ਕੀ ਕਹਿਤੇ ਅਤੇ ਉਹਨਾਂ ਨੂੰ ਇਹ ਮਹਿੰਗਾ ਪਿਆ। ਪਰ ਨਾਲ ਦੀ ਨਾਲ ਜਿਹੜੇ ਹਜੇ ਮਿਨਿਸਟਰ ਆਫ ਸਟੇਟ ਜਿਹੜੇ ਮਿਸ਼ਰਾ ਜਿਹੜੇ ਹੈ ਅਜੇ ਮਿਸ਼ਰਾ ਮਿਨਿਸਟਰ ਆਫ ਸਟੇਟ ਫਾਰ ਹੋਮ ਅਜੇ ਮਿਸ਼ਰਾ ਜੋ ਐਮ ਪੀ ਨੇ ਖੇੜੀ ਤੋਂ ਵੀ, ਉਹਨਾਂ ਦਾ ਨਾਂ ਵੀ ਇਸ ਦੇ ਵਿੱਚ ਨਹੀਂ ਆਇਆ। ਲਖੀਮਪੁਰ ਖੇੜੀ ਦੇ ਵਿੱਚ ਜਿਹੜਾ ਇੰਸੀਡੈਂਟ ਹੋਇਆ ਸੀ ਜਿਹਦੇ ਵਿੱਚ ਅਜੇ ਮਿਸ਼ਰਾ ਦਾ ਪੁੱਤਰ ਜਿਹੜਾ ਸੀ ਉਹਨੇ ਗੱਡੀ ਚੜ੍ਹਾਤੀ ਸੀ ਕਿਸਾਨਾਂ ਦੇ ਉੱਤੇ ਔਰ ਉਹਦੇ ਵਿੱਚ ਜਿਹੜੇ ਹੈਗੇ ਕਿਸਾਨਾਂ ਦੀਆਂ ਮੌਤਾਂ ਹੋਈਆਂ ਔਰ ਉਸ ਤੋਂ ਬਾਅਦ ਕਾਫੀ ਫਸਾਦ ਵੀ ਹੋਇਆ ਉਸ ਜਗ੍ਹਾ ਦੇ ਉੱਤੇ। ਉਹਨੂੰ ਮੱਦੇਨਜ਼ਰ ਰੱਖਦੇ ਹੋਏ ਕਾਂਗਰਸ ਜਿਹੜੀ ਬੀਜੇਪੀ ਹੈ ਉਹਨਾਂ ਨੂੰ ਇਹ ਨਜ਼ਰ ਬਈ ਅਜੇ ਮਿਸ਼ਰਾ ਜਿਹੜੇ ਹੈ ਇੱਕ ਲਾਇਬਿਲਿਟੀ ਨਜ਼ਰ ਆ ਰਿਹਾ ਅਤੇ ਬਈ ਉਹਨਾਂ ਨੂੰ ਕੈਂਪੇਨ ਦੇ ਵਿੱਚ ਨਾ ਹੀ ਮੂਹਰੇ ਲਿਆਂਦਾ ਜਾਵੇ। ਸੋ ਇਹ ਵੀ ਇੱਕ ਸਾਹਮਣੇ ਗੱਲ ਨਜ਼ਰ ਆਈ ਹੈ ਜੀ। ਜੀ ਅਤੇ ਪੰਦੇਰ ਸਾਹਿਬ, ਹੁਣ ਕਾਂਗਰਸ ਵੱਲੋਂ ਬੀਜੇਪੀ 'ਤੇ ਦੋਸ਼ ਲਗਾਇਆ ਜਾ ਰਿਹਾ ਕਿ ਬੀਜੇਪੀ ਕਿਸਾਨਾਂ ਦੇ ਮੁੱਦਿਆਂ ਨੂੰ ਨਜ਼ਰ ਅੰਦਾਜ਼ ਕਰਦੀ ਹੈ। ਕਾਂਗਰਸ ਦਾ ਕਹਿਣਾ ਵੀ ਬੀਜੇਪੀ ਦੇ ਰਾਜ ਦੇ ਦੌਰਾਨ ਕਿਸਾਨਾਂ ਦੀਆਂ ਮੁਸੀਬਤਾਂ ਵਧੀਆਂ ਨੇ, ਉਹਨਾਂ ਦੀ ਆਮਦਨ ਨਹੀਂ ਵਧੀ। ਵਾਸੂ ਜੀ, ਕੱਲ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇੱਥੇ ਇੱਕ ਕਿਤਾਬ ਲਾਂਚ ਕੀਤੀ ਗਈ ਆਪਣੇ ਸੂਰਜੇਵਾਲਾ ਉਹਨਾਂ ਵੱਲੋਂ, ਰਣਦੀਪ ਸਿੰਘ ਸੂਰਜੇਵਾਲਾ ਜੋ ਕਾਂਗਰਸ ਦੇ ਲੀਡਰ ਨੇ, ਨਾਲ ਉਹਨਾਂ ਦੇ ਨਵਜੋਤ ਸਿੱਧੂ ਵੀ ਸੀ ਤੇ ਅਲਕਾ ਲਾਂਬਾ ਵੀ ਸੀ। ਔਰ ਉਹ ਕਿਤਾਬ ਦਾ ਟਾਈਟਲ ਸੀ ਆਮਦਨੀ ਨਾ ਹੋਈ ਦੁੱਗਣੀ ਦਰਦ ਹੋਇਆ ਸੌ ਗੁਣਾ। ਬਈ ਇਹ ਕਿਸਾਨਾਂ ਦੇ ਬਾਰੇ ਉਹਨਾਂ ਨੇ ਰਣਦੀਪ ਸੂਰਜੇਵਾਲਾ ਉਹਨਾਂ ਦਾ ਸੀਗਾ ਜੀ ਕਿ 2018 ਦੇ ਵਿੱਚ ਰੱਦ 2016 ਤੋਂ ਹੀ ਸ਼ੁਰੂ ਕਰ ਦਿੱਤਾ ਸੀ ਬੀਜੇਪੀ ਔਰ ਖਾਸ ਤੌਰ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਕਿ 2022 ਤੱਕ ਅਸੀਂ ਕਿਸਾਨਾਂ ਦੀਆਂ ਜਿਹੜੀਆਂ ਆਮਦਨੀਆਂ ਨੇ ਉਹ ਦੁੱਗਣੀਆਂ ਕਰ ਦੇਣੀਆਂ। ਇਹਦੇ ਦੌਰਾਨ ਕਈ ਹੋਰ ਵੀ ਇੰਸੀਡੈਂਟ ਹੋਏ, ਕਿਸਾਨਾਂ ਦਾ ਜਿਹੜਾ ਸੀਗਾ ਜੀ ਸੰਘਰਸ਼ ਵੀ ਆਇਆ, ਉਹਦੇ ਵਿੱਚ ਜਿਹੜੇ ਖੇਤੀ ਕਾਨੂੰਨ ਸੀ ਵਾਪਸ ਲੈਂਦੇ ਹੋਏ, ਉਦੋਂ ਵੀ ਬੀਜੇਪੀ ਨੇ ਇਹ ਕਿਹਾ ਸੀ ਕਿ ਅਸੀਂ ਕਿਸਾਨਾਂ ਦੀ ਜਿਹੜੀ ਹੈਗੀ ਆ ਆਮਦਨੀਆਂ ਨੇ ਉਹ ਦੁੱਗਣੀਆਂ ਕਰਨੀਆਂ ਨੇ। ਜਦੋਂ 2014 ਦੇ ਵਿੱਚ ਇਲੈਕਸ਼ਨ ਹੋਈਆਂ ਸੀ ਲੋਕ ਸਭਾ ਦੀਆਂ, ਉਦੋਂ ਬੀਜੇਪੀ ਨੇ ਸਵਾਮੀਨਾਥਨ ਰਿਪੋਰਟ ਇਨ ਬਿਨ ਜਿਹੜੀ ਸੀ ਉਹ ਲਾਗੂ ਕਰਨ ਦੀ ਜਿਹੜੀ ਸੀ ਵਾਅਦਾ ਕੀਤਾ ਸੀ, ਅਤੇ ਫਿਰ ਬਾਅਦ ਚੋਂ ਕੋਰਟ ਦੇ ਵਿੱਚ ਜਾ ਕੇ ਹਲਫੀਆ ਬਿਆਨ ਦਿੱਤਾ ਕਿ ਉਹ ਰਿਪੋਰਟ ਲਾਗੂ ਨਹੀਂ ਕੀਤੀ ਜਾ ਸਕਦੀ। ਇਹਦੇ ਵਿੱਚ ਹੁਣ ਇਹਦਾ ਜਿਹੜਾ ਸੀ, ਕਿਉਂਕਿ ਕਿਸਾਨ ਸੰਘਰਸ਼ ਜਿਹੜਾ ਹੈ ਕਿਸਾਨੀ ਸੰਘਰਸ਼ ਸਿਆਸਤ ਦੇ ਉੱਤੇ ਬਹੁਤ ਭਾਰੂ ਪੈ ਰਿਹਾ, ਉਹਦੇ ਪਰਛਾਵੇਂ ਹਾਲੇ ਤੱਕ ਵੀ ਜਿਹੜੇ ਹੈਗੇ ਸਿਆਸਤ ਦੇ ਉੱਤੇ ਬਹੁਤ ਭਾਰੀ ਨੇ, ਅਤੇ ਕਾਂਗਰਸ ਉਸਦਾ ਕੋਈ ਫਾਇਦਾ ਉਠਾਉਣ ਨੂੰ ਵਾਸਤੇ ਫਿਰਦੀ ਹੈ। ਨਵਜੋਤ ਸਿੱਧੂ ਨੇ ਆਪਣੇ ਪੰਜਾਬ ਮਾਡਲ ਦੇ ਵਿੱਚ ਵੀ ਕਈ ਗੱਲਾਂ ਕੀਤੀਆਂ ਨੇ। ਸੋ ਕਿਸਾਨਾਂ ਦਾ ਜਿਹੜਾ ਮੁੱਦਾ ਹੈ ਉਹਨੂੰ ਐਡਰੈਸ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਹਾਲੇ ਮੈਨੀਫੈਸਟੋ ਨਹੀਂ ਆਇਆ। ਇਹਦੇ ਵਿੱਚ ਇਸ ਮੌਕੇ 'ਤੇ ਬੋਲਦੇ ਹੋਏ ਨਵਜੋਤ ਸਿੱਧੂ ਨੇ ਵੀ ਦੋ ਤਿੰਨ ਅਨਾਊਂਸਮੈਂਟਸ ਕੀਤੀਆਂ ਕਿ ਅਸੀਂ ਜਿਹੜਾ ਕਣਕ ਝੋਨਾ ਜਿਹੜਾ ਹੈ ਉਸ ਤੋਂ ਇਲਾਵਾ ਮੱਕੀ ਅਤੇ ਜਿਹੜੀਆਂ ਦਾਲਾਂ ਨੇ ਅਤੇ ਤੇਲ ਬੀਜ ਨੇ ਉਹਨਾਂ ਦੇ ਉੱਤੇ ਜਿਹੜੀ ਪੰਜਾਬ ਦੀ ਸਰਕਾਰ ਹੈਗੀ ਆ ਉਹ ਐਮ ਐਸ ਪੀ ਦੇਵੇਗੀ। ਔਰ ਮੱਕੀ ਦਾ ਉਹਨਾਂ ਨੇ ਕਿਹਾ ਕਿ ਅਸੀਂ ਪੀਲਾ ਇਨਕਲਾਬ ਲੈ ਕੇ ਆਉਣਾ ਅਤੇ ਮੱਕੀ ਇਹ ਪੰਜਾਬ ਦੇ ਵਿੱਚ ਪ੍ਰਮੋਟ ਕਰਨੀ ਆ ਝੋਨੇ ਦੀ ਜਗ੍ਹਾ ਦੇ ਉੱਤੇ। ਅਤੇ ਨਾਲ ਇੱਕ ਜਿਹੜੀ ਬਹੁਤ ਹੀ ਅਹਿਮ ਅਨਾਊਂਸਮੈਂਟ ਉਹ ਇਹ ਕੀਤੀ ਕਿ ਜਿਹੜੀ ਖੇਤ ਮਜ਼ਦੂਰ ਨੇ ਜੀ ਉਹਨਾਂ ਦੇ ਵਾਸਤੇ ਜਿਹੜੇ ਹੈਗੇ ਆ 50% ਉਹਨਾਂ ਦੀ ਜਿਹੜੀ ਵੇਜ ਹੈ ਉਹ ਪੰਜਾਬ ਸਰਕਾਰ ਦਿਆ ਕਰੂ ਕਿ ਉਹ ਜਿਹੜੀ ਜੇ ਕੱਲ੍ਹ ਨੂੰ, ਕਿਉਂਕਿ ਵਾਸੂ ਜੀ ਇਹ ਸਮਝਣਾ ਬੜਾ ਜ਼ਰੂਰੀ ਆ
कि किसान संघर्ष वेले खेत मजदूरों ने यह गल सामने रखी सी कि किसान MSP की तो गल करते हैं पर खेत मजदूरी मजदूरों के वास्ते कोई गल नहीं करते। सो उन्हां दी मजदूरी के बारे भी मिनीम सपोर्ट प्राइस वांगू मिनीम वेज फिक्स होनी चाहिए है जो फिक्स नहीं हो रही। तो नवजोत सिद्धू ने यह कोशिश की है कि किसानों के उत्ते सारा बोझ ना पवे जे अगर खेत मजदूरों की जी मजदूरी आदि मिनीम वेज डिसाइड होंगी है जो क्या 50% जो बोझ जो है वह भी लैन है तो जे जो जो कीमत गिरदिया ने जी नवजोत सिद्धू ने इतने तक कहा कि 80% तक जी है लोन ਉਹ ਦਿੱਤਾ ਜਾਊਗਾ ਕਿ ਕਿਸਾਨ ਜਿਹੜੇ ਹੈਗੇ ਆਪਣੀ ਜਿਣਸ ਨੂੰ ਕੋਲਡ ਸਟੋਰੇਜ ਜਾਂ ਕਿਸੇ ਹੋਰ ਤਰੀਕੇ ਦੇ ਉਹਦੇ 'ਚ ਸਟੋਰ ਕਰ ਲੈਣ ਅਤੇ ਔਰ ਜਦੋਂ ਕੋਈ ਕੀਮਤਾਂ ਠੀਕ ਠਾਕ ਹੁੰਦੀਆਂ ਨੇ ਉਦੋਂ ਉਹ ਵੇਚ ਸਕਦੇ ਆ। ਸੋ ਇਹ ਕੁਛ ਜਿਹੜੀਆਂ ਹੈਗੀਆਂ ਗੱਲਾਂ ਕਰਦੇ ਹੋਏ ਉਹਨਾਂ ਨੇ BJP ਨੂੰ ਐਂਟੀ ਫਾਰਮਰ ਐਸਟੈਬਲਿਸ਼ ਕਰਨ ਦੀ ਇੱਕ ਵਾਰੀ ਫਿਰ ਬਹੁਤ ਪੁਰਜ਼ੋਰ ਕੋਸ਼ਿਸ਼ ਕੱਲ੍ਹ ਕਾਂਗਰਸ ਵੱਲੋਂ ਕੀਤੀ ਗਈ। ਬੰਦੇ ਸਾਹਿਬ ਇਹ ਸਾਰੀਆਂ ਖਬਰਾਂ ਸਾਡੇ ਨਾਲ ਸਾਂਝੀਆਂ ਕਰਨ ਲਈ ਬਹੁਤ ਬਹੁਤ ਧੰਨਵਾਦ। ਕੱਲ੍ਹ ਫਿਰ ਗੱਲਬਾਤ ਕਰਦੇ ਹਾਂ ਜੀ। ਸ਼ੁਕਰੀਆ ਜੀ।